ਆ ਲੈ ਦਿਖਾਤਾ ਰੋਕ ਕੇ ਆ ਕੀ ਕਰੀ ਜਾਂਦਾ ਓਏ ਆ ਕੌਣ ਆ ਯਾਰ ਇਹਨੂੰ ਲੈ ਕੇ ਜਾਓ ਇਹ ਕੋਈ ਕਮਾਲ ਦਾ ਬੰਦਾ ਯਾਰ ਸ਼ੂਟ ਚੱਲੀ ਜਾਂਦੀ ਤੇ ਹੁੰਦੀ ਨਾ ਨਹੀਂ ਆਦੀ ਆ ਰਹੀ ਹੁੰਦਾ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋ ਗਏ ਮੈਂ ਕਰਨ ਔਜਲੇ ਬਾਈ ਦੀ ਐਲਬਮ ਤੇ ਹੀ ਰਿਐਕਸ਼ਨ ਕਰ ਰਿਹਾ ਸੀ ਤੇ 9:30 ਹੋ ਗਏ ਤੇ ਬਾਈ ਦਾ ਜਿਹੜੀ ਵੀਡੀਓ ਆਉਣੀ ਸੀ ਟਰਾਈ ਮੀ ਸੌਂਗ ਦੀ ਉਹ ਪ੍ਰੀਮੀਅਰ ਲੱਗ ਗਿਆ ਤੇ ਮੈਂ ਤੇ ਵੀ ਰਿਐਕਸ਼ਨ ਕਰ ਲਈਏ ਕਰਨ ਔਜਲੇ ਬਾਈ ਦਾ ਸੌਂਗ ਆ ਇਹ ਤੀਜਾ ਚੌਥਾ ਸੌਂਗ ਆ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਬਸ ਮੈਨੂੰ ਇਹ ਹੋ ਗਿਆ ਕਿ ਰਿਐਕਸ਼ਨ ਕਰੀਏ ਤੇ ਚਲੋ ਦੇਖਦੇ ਹਾਂ ਸੌਂਗ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇਹਨੂੰ ਇੱਕੇ ਬਾਈ ਨੇ ਮਿਊਜ਼ਿਕ ਕੀਤਾ ਵਾ ਕਰਨ ਔਜਲੇ ਬਾਈ ਨੇ ਲਿਰਿਕਸ ਲਿਖੇ ਕਰਨ ਔਜਲੇ ਬਾਈ ਨੇ ਹੀ ਗਾਇਆ ਵਾ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਜ਼ਰੂਰ ਕਰ ਲਿਓ ਤੇ ਬਾਕੀ ਗੱਲ ਆਪਾਂ ਬਾਅਦ 'ਚ ਹੀ ਕਰਾਂਗੇ ਪਹਿਲੇ ਦੇਖਦੇ ਹਾਂ ਬਾਈ ਦਾ ਸੌਂਗ 4 3 2 1 ਸਟਾਰਟ आए है कैट शॉर्ट कैट है आदि आ रही हूं बात कुरिया कोई रोक के दिखावे आदि जमीन जट जड़ता कोई कोक के दिखावे जीदे ते तू मरही उनू बोलने ना दमा दी यार तेरा बोले कोई रोक के दिखावे क्या बात है कहता जिथे अही बोलदे उथे अही केनु बोलन नहीं दंदे जे कहदी मदद टोक के दिखावे ਜਿਹੜਾ ਵੀ ਬਸ ਬਾਬਾ ਹੀ ਵਧਾਵੇ ਕੁੜੀ ਘੱਟ ਆ ਬਥਾਦਾ ਬਾਤ ਯਾਰਾਂ ਨੂੰ ਖਵਾਵੇ ਤਾਂ ਹੀ ਜਿੰਨੇ ਜੋਗਾ ਹੋ ਗਿਆ ਕੋਈ ਹੋ ਕੇ ਦਿਖਾਵੇ ਯਾਰੀਆਂ ਦਾ ਤੁਰਿਆ ਕੋਈ ਰੋਕ ਕੇ ਦਿਖਾਵੇ ਆਦੀ ਯਾਰੀਆਂ ਦਾ ਉੱਤਿਆ ਕੋਈ ਸ਼ੋ ਕੇ ਦਿਖਾਵੇ ਜਿਹਦੇ ਤੇ ਤੂੰ ਮਰਹੀ ਉਹਨੂੰ ਬੋਲਣ ਨਾ ਦਮਾ ਦੀ ਯਾਰ ਤੇਰਾ ਬੋਲੇ ਕੋਈ ਰੋਕ ਕੇ ਦਿਖਾਵੇ ਬਾਈ ਦੇ ਲਿਰਿਕਸ ਸੱਚੀ ਹੋੜੇ ਘੈਟ ਹੈ ਯਾਰ ਮੈਂ ਐਲਬਮ ਜਿੰਨੀ ਵੀ ਸੁਣੀ ਹੈ ਨਾ ਹਲੇ ਤੱਕ ਲਿਰਿਕਸ ਦੇ ਕੋਕੇ ਜੜਤੇ ਬਾਈ ਨੇ ਫੁੱਟਬਾਵਾਂ ਚਾਹੇ ਕੁੜਤਾ ਸਵਾਵਾਂ ਕੁੜੇ ਪੈਰ ਸੁੱਤੂ ਕੱਪੜਾ ਮੰਗਾਉਂਦਾ ਦਰਜੀ ਆਦੀ ਐਲਵੀ ਪ੍ਰਿੰਟ ਕੁੜੇ ਤਨ ਕੀ ਦਾ ਆਦੀ ਬੈਗ ਫੁੱਲ ਕੈਸ਼ 40 ਮਿੰਟ ਚ ਕਮਾਵੇ ਸਾਂਝੀਆਂ ਪਰਾਵਾਂ ਦੀਆਂ ਸਾਂਝੀਆਂ ਨੇ ਮਾਵਾ ਆਦੇ ਲੈਂਬੂ ਥੱਲੇ ਜੱਟ ਦੇ ਨਹੀਂ 250 ਦੇ ਜਾਵੇ ਗੱਲ ਕਿੰਨੀ ਘੈਂਟ ਗਈ ਕਹਿੰਦੀ ਸਾਂਝੀਆਂ ਭਰਾਵਾਂ ਦੀਆਂ ਸਾਂਝੀਆਂ ਨੇ ਮਾਵਾ ਕਿੰਨੀ ਘੈਂਟ ਗੱਲ ਕਹੀ ਕਿ ਜਿਹੜੇ ਵੀ ਸਾਡੇ ਦੋਸਤ ਆ ਜਿਹੜੇ ਵੀ ਸਾਡੀਆਂ ਸਾਂਝੀਆਂ ਮਾਵਾਂ ਆ ਇੱਕ ਦੂਜੇ ਦੀਆਂ ਗੌਰ ਨਾਲ ਦੇਖਿਓ ਗਾਣੇ ਦੇ ਵੀ ਸਟੇਕ ਦਾ ਨਾਂ ਲਿਆ ਕਹਿੰਦਾ ਮੈਂ ਬੈਡ ਤੇ ਮਤਲਬ ਉਹ ਚੀਜ਼ ਐਡ ਤੇ ਹੈਗੀ ਮਗਰ ਬਾਈ ਨੇ ਬਹੁਤ ਘੈਂਟ ਐਡ ਕੀਤੀ ਗਾਣਿਆਂ ਦੇ ਵਿੱਚ ਯਾਰ ਮੈਂ ਐਡ ਹੋਰ ਵੀ ਬੜੀਆਂ ਦੇਖੀਆਂ ਜਿੱਦਾਂ ਆਪਣੇ ਸਿੱਧੂ ਬਾਈ ਨੇ ਵੀ ਕੀਤੀ ਸੀ ਉਹਨਾਂ ਦੀ ਦੂਜਿਆਂ ਦੀ ਜਮੈਟੋ ਵਾਲਿਆਂ ਦੀ ਇੱਦਾਂ ਗਾਣੇ ਦੇ ਵਿੱਚ ਐਡ ਕਰਨੀ ਬੜੀ ਇੱਕ ਉਹ ਹੁੰਦੀ ਯਾਰ ਸਾਡੀ ਬਦਨਾਮੀ ਦੇ ਪਤਾਸੇ ਲੱਗ ਗਏ ਹੋਰ ਮੈਂ ਮਚਾਈ ਜਾਵਾਂ ਭੱਜਦੀ ਭਜਾਈ ਜਾਵਾਂ ਨਵੀਂ ਡਬਲ ਆਰ ਰੋਡ ਖਾਸੇ ਲੱਗ ਗਏ ਆਦੀ ਬੈਟਰੀ ਸਟੇਕ ਉੱਤੇ ਡਾਲਰਾਂ ਚਲਾਵੇ ਆਦੀ ਚੱਲਿਆਂ ਸਟੂਡੀਓ ਨਹੀਂ ਬਾਈ ਲਿਖਾਵੇ ਐਵੇਂ ਨਾ ਬੁਲਾਵੇ ਜਿੱਥੇ ਬਣਦੀ ਬਣਾਵੇ ਆਦੇ ਭੁੱਲਿਆ ਨੀ ਚੇਤੇ ਮੈਨੂੰ ਮੰਜਿਆਂ ਦੇ ਬਾਹਰ ਆਦੀ ਆ ਰਹੀ ਆਉਂਦਾ ਤੁਰਿਆ ਦਿਖਾਤਾ ਰੋਕ ਕੇ ਆ ਕੀ ਕਰੀ ਜਾਂਦਾ ਓਏ ਆ ਕੌਣ ਆ ਯਾਰ ਇਹਨੂੰ ਲੈ ਕੇ ਜਾਓ ਇਹ ਕੋਈ ਕਮਾਲ ਦਾ ਬੰਦਾ ਯਾਰ ਸ਼ੂਟ ਚੱਲੀ ਜਾਂਦੀ ਤੇ ਹੁੰਦੀ ਨਾ ਨਹੀਂ ਓਏ ਚਰਾਲਾ ਦਾ ਬਾਬੇ ਕੋਈ ਰੋਕ ਕੇ ਦਿਖਾਵੇ ਆਦੀ ਆ ਰਹੀ ਆਉਂਦਾ ਉੱਤਿਆ ਕੋਈ ਸ਼ੋ ਕੇ ਦਿਖਾਵੇ ਜਿਹਦੇ ਤੇ ਤੂੰ ਮਰਹੀ ਉਹਨੂੰ ਬੋਲਣ ਨਾ ਦਮਾ ਦੀ ਯਾਰ ਤੇਰਾ ਬੋਲੇ ਕੋਈ ਰੋਕ ਕੇ ਦਿਖਾਵੇ ਕੈਟ ਐਂਡ ਲਾ ਸੀ ਕੈਟ ਹੀ ਬਾਬੇ ਦਰਸ਼ ਵੀਡੀਓ
ਘੈਂਟ ਸੀ ਯਾਰ, ਘੈਂਟ ਸੀ ਯਾਰ ਸੱਚੀ। ਉਹ ਮੈਨੂੰ ਤਾਂ ਯਾਰ ਵੀਡੀਓ ਘੈਂਟ ਲੱਗੀ ਬਾਈ, ਬਾਕੀ ਜੋ ਮਰਜ਼ੀ ਕਹੀ ਜਾਓ, ਕਿਉਂਕਿ ਯਾਰ ਕਿ ਰੂਪਨ ਬਾਲ ਬਾਈ ਹੁਣਾਂ ਨੇ ਵੀਡੀਓ ਨਹੀਂ ਬਣਾਈ, ਉਹ ਜ਼ਿਆਦਾ ਫੈਕਟ ਯੂਜ ਕਰਦੇ ਆ, ਬਾਕੀ ਇਹਨਾਂ ਵੀਡੀਓ ਦੇ ਬਾਈ ਨੇ ਕੋਕੇ ਜਿਹੜੇ ਯਾਰ, ਬਾਕੀ ਰਿਵਿਊ ਵੀ ਫਿਲਮਸ ਵਾਲਿਆਂ ਵੀ ਬਾਈਆਂ ਨੇ ਕੋਕੇ ਜਿਹੜੇ ਵੀਡੀਓ ਦੇ ਵਿੱਚ ਕਮੀ ਉਹਨਾਂ ਕੋਈ ਨਹੀਂ ਛੱਡੀ, ਕਿਉਂਕਿ ਸਟੇਕ ਦੀ ਇੱਕ ਉਹਨਾਂ ਐਡ ਕਰਨੀ ਸੀ, ਉਹ ਕਿਸੇ ਤਰੀਕੇ ਨਾਲ ਵੀ ਉਹਨਾਂ ਕੀਤੀ ਇੱਕ, ਜਿੱਤੇ ਬਾਈ ਬੈਟਲ ਆਉਂਦਾ ਉਹ ਚੀਜ਼ ਨੂੰ ਪ੍ਰਮੋਟ ਕੀਤਾ ਹੈ ਨਾ, ਉਹ ਚੀਜ਼ ਘੈਂਟ ਸੀ ਯਾਰ। ਬਾਕੀ ਤੁਸੀਂ ਦੱਸੋ ਤੁਹਾਨੂੰ ਇਹ ਸੌਂਗ ਕਿੱਦਾਂ ਦਾ ਲੱਗਾ? ਬਾਕੀ ਉਹ ਮੈਨੂੰ ਉਹ ਇੱਕ ਚੀਜ਼ ਬੜੀ ਘੈਂਟ ਲੱਗੀ, ਜਦੋਂ ਇੱਕੇ ਬਾਈ ਨੇ ਆ ਕੇ ਰੋਕਤਾ, ਕਹਿੰਦਾ ਹਾਲੇ ਰੋਕ ਕੇ ਵਿਖਾਤਾ ਹੀ ਸਿਰਾ ਸੀ ਯਾਰ, ਉਹ ਇੱਕ ਮੂਵਮੈਂਟ ਤੁਹਾਡਾ ਸਿਰਾ ਸੀ ਯਾਰ। ਤੁਸੀਂ ਦੱਸਿਓ ਤੁਹਾਨੂੰ ਇਹ ਸੌਂਗ ਕਿੱਦਾਂ ਲੱਗਾ? ਵਧੀਆ ਲੱਗਾ ਤਾਂ ਲਾਈਕ ਬੈਟ ਸ਼ੇਅਰ ਜ਼ਰੂਰ ਕਰਿਓ, ਜੇ ਹਾਲੇ ਤੱਕ ਚੈਨਲ ਲਈ ਸਬਸਕ੍ਰਾਈਬ ਕੀਤਾ ਜ਼ਰੂਰ ਕਰ ਦਿਓ। ਬਾਕੀ ਮਿਲਦੇ ਹਾਂ ਜਲਦੀ ਨੈਕਸਟ ਵੀਡੀਓ 'ਚ, ਸਤਿ ਸ਼੍ਰੀ ਅਕਾਲ।